ਤੇ ਮੈਂ ਦਿਖਾਣਾ ਚਾਹਾਂਗਾ ਕਿ ਦਿਖਾ ਦਿਓ ਸਿੱਧੂ ਦੇ ਕੰਪੀਟੀਸ਼ਨ ਵਿੱਚ ਦੂਜਾ ਸਿੱਧੂ ਤੇ ਉਹਦੇ ਉੱਤੇ ਲੱਗੀ ਹੋਈ ਹੈ ਸਿੱਧੂ ਮੂਸੇ ਵਾਲੇ ਦੀ ਫੋਟੋ ਸੋ ਸ਼ੁਭਦੀਪ ਸਿੰਘ ਸਿੱਧੂ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਤੁਸੀਂ ਜੁੜ ਚੁੱਕੇ ਹੋ ਜੱਟ ਬਾਬੇ ਟੈਲੀਵਿਜ਼ਨ ਦੇ ਨਾਲ ਹੋਰ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਗੱਲ ਕਰਦੇ ਹਾਂ ਜੀ ਸਿੱਧੂ ਮੂਸੇਵਾਲੇ ਦੀ ਵੈਸੇ ਤਾਂ ਸਿੱਧੂ ਮੂਸੇਵਾਲੇ ਨੂੰ ਪੂਰੀ ਦੁਨੀਆ ਸੁਣਦੀ ਹੈ ਇਸੇ ਕਰਕੇ ਸਿੱਧੂ ਮੂਸੇਵਾਲੇ ਨੂੰ ਵਰਲਡ ਫੇਮਸ ਸਿੰਗਰ ਕਿਹਾ ਜਾਂਦਾ ਹੈ ਪਰ ਦੋਸਤੋ ਆਪਣੇ ਨਾਲ ਦੇ ਗੁਆਂਢੀ ਮੁਲਕ ਦੇ ਵਿੱਚ ਵੀ ਸਿੱਧੂ ਮੂਸੇਵਾਲੇ ਦੀ ਇਸ ਪੰਜਾਬ ਦੀ ਤਰ੍ਹਾਂ ਹੀ ਬੱਲੇ ਬੱਲੇ ਹੈ ਉੱਥੇ ਵੀ ਦੁਕਾਨਾਂ ਦੇ ਬਾਹਰ ਸਿੱਧੂ ਮੂਸੇਵਾਲੇ ਦੀਆਂ ਫੋਟੋਆਂ ਲੱਗੀਆਂ ਹੋਈਆਂ ਹਨ ਦੋਸਤੋ ਇਹ ਸਿਰਫ ਤੇ ਸਿਰਫ ਇਕੱਲਾ ਸਿੱਧੂ ਮੂਸੇਵਾਲਾ ਹੀ ਆਇਆ ਜਿਸ ਨੂੰ ਕਿ ਗੁਆਂਢੀ ਮੁਲਕ ਦੇ ਵਿੱਚ ਵੀ ਇਸ ਪੰਜਾਬ ਦੇ ਵਾਂਗੂ ਮਣਾ ਮੁਹੀ ਪਿਆਰ ਮਿਲਦਾ ਹੈ ਜਦੋਂ ਪੰਜਾਬੀ ਲੋਕ ਚੈਨਲ ਦੀ ਟੀਮ ਗੁਆਂਢੀ ਮੁਲਕ ਦੇ ਵਿੱਚ ਗਈ ਤਾਂ ਦੁਕਾਨਾਂ ਦੇ ਬਾਹਰ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਅਤੇ ਸਿੱਧੂ ਮੂਸੇਵਾਲੇ ਦੀਆਂ ਜਦੋਂ ਫੋਟੋਆਂ ਲੱਗੀਆਂ ਹੋਈਆਂ ਦਿਖਾਈ ਦਿੱਤੀਆਂ ਤਾਂ ਉਹ ਵੀ ਕਾਫੀ ਹੈਰਾਨ ਹੋਏ ਅਤੇ ਉਹਨਾਂ ਨੇ ਦੁਕਾਨਦਾਰ ਦੇ ਨਾਲ ਗੱਲ ਕੀਤੀ ਕਿ ਆਖਰ ਇੰਡੀਆ ਦਾ ਸਿੰਗਰ ਸਿੱਧੂ ਮੂਸੇਵਾਲਾ ਤੁਸੀਂ ਇਸ ਦੀ ਤਸਵੀਰ ਆਪਣੀ ਦੁਕਾਨ ਦੇ ਬਾਹਰ ਲਗਾਈ ਹੈ ਇਸ ਦਾ ਕੀ ਕਾਰਨ ਹੈ ਤਾਂ ਸੁਣੋ ਜਵਾਬ ਦੇ ਵਿੱਚ ਗੁਆਂਢੀ ਮੁਲਕ ਦੇ ਦੁਕਾਨਦਾਰ ਨੇ ਕੀ ਜਵਾਬ ਦਿੱਤਾ ਹੈ ਦੋਸਤੋ ਇਹ ਪੂਰੀ ਵੀਡੀਓ ਤੁਸੀਂ ਪੰਜਾਬੀ ਲੋਕ ਚੈਨਲ ਦੇ ਉੱਪਰ ਜਾ ਕੇ ਦੇਖ ਸਕਦੇ ਹੋ ਸਾਨੂੰ ਪਿਆਰੇ ਚੀਜ਼ ਨਾਲ ਸਿਲਾਈ ਹੈ ਦੁਕਾਨ ਦੇ ਸਰਦਾਰ ਨੇ ਬਹੁਤ ਅੱਛੇ ਪਰਸਨੈਲਿਟੀ ਨੇ ਸੁਣਦੇ ਹੋ ਸਿੱਧੂ ਮੂਸੇਵਾਲੇ ਦੇ ਗਾਣੇ ਸਾਰੇ ਗੀਤ ਸੁਣਦੇ ਹੋ ਸਾਰ ਨਨਕਾਣਾ ਸਿੱਧੂ ਮੂਸੇ ਦਾ ਫੈਨ ਹੈ ਉਹ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਆਉਣਗੇ ਸਾਰੇ ਲੋਕ ਸਾਡੇ ਕੋਲ ਪੁੱਛਦੇ ਕਦੋਂ ਆਉਣਗੇ ਸਿੱਧੂ ਮੂਸੇਵਾਲੇ ਤਾਂ ਤੁਸੀਂ ਨੇ ਦੇਖਿਆ ਕਿ ਗੁਆਂਢੀ ਦੇਸ਼ ਦੇ ਵਿੱਚ ਵੀ ਸਿੱਧੂ ਮੂਸੇਵਾਲੇ ਦੀ ਕੈਨੀ ਚੜ੍ਹਾਈ ਹੈ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇਵਾਲਾ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰ ਸਕਦੇ ਹੋ ਅਗਰ ਜੱਟ ਬਾਬੇ ਟੈਲੀਵਿਜ਼ਨ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਇਸ ਵੀਡੀਓ ਦਾ ਪੂਰਾ ਲਿੰਕ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੰਦੇ ਹਾਂ